ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮੁ ਅਲੈਕੁਮ ਮੇਰੇ ਤੁਸੀਂ ਆਪਣਾ ਸੁਰਖੀਆਂ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਨਿਸ਼ਾਨ ਰਮਾਵਤ ਤੇ ਰੋਜ਼ਾਨਾ ਦੀ ਨਵੀਂ ਤੋਂ ਨਵੀਂ ਤੇ ਅੱਛੀ ਤੋਂ ਅੱਛੀ ਵੀਡੀਓ ਲੈ ਕੇ ਜ਼ਰੂਰ ਵੀਜ਼ਾ ਮੀਟ ਕਰਨਾ ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਉਂਦੀ ਹੈ ਵੀਡੀਓ ਨੂੰ ਲਾਈਕ ਵੀ ਕਰ ਦਿਓ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਔਰ ਬੈਲ ਆਈਕਨ ਦਾ ਬਟਨ ਜਿਹੜਾ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਹੈ ਭਰਾਵਾਂ ਤੱਕ ਆਸਾਨੀ ਪਹੁੰਚ ਸਕੇ। ਵੀਡੀਓ ਜਿਹੜੀ ਬਣਾਉਣ ਲੱਗਿਆ ਵੀਡੀਓ ਇਸ ਤਰ੍ਹਾਂ ਹੈ ਭਾਈ ਮੁਦੱਸਰ ਵੜੈਜ ਦੀ ਵੀਡੀਓ ਬਸ ਸਿਲਸਿਲਾਵਾਰ ਵੀਡੀਓ ਤੁਸੀਂ ਵੇਖਦੇ ਪਏ ਕਿ ਬੁੱਧ ਵਾਲੇ ਦਿਨ ਇਹਨਾਂ ਦੀ ਵੀਡੀਓ ਜਿਹੜੀ ਹੈ ਨਾ ਅਪਲੋਡ ਹੁੰਦੀ ਹੈ। ਬਾਕੀ ਵੀਡੀਓ ਦਾ ਐਡਰੈਸ ਇੰਨੇ ਕਿ ਜ਼ਿਲ੍ਹਾ ਤਹਿਸੀਲ ਇਹ ਗੁਜਰਾਤ ਹੈ ਔਰ ਪਿੰਡ ਜਿਹੜਾ ਜੀ ਇਹਨਾਂ ਦਾ ਸਾਰਾ ਕੀ ਹੈ ਲੋਕੇਸ਼ਨ ਅੱਗੇ ਵੀ ਵੀਡੀਓ ਜੇ ਦੱਸੀ ਦੀ ਕਿਸੇ ਵੀ ਭਰਾ ਬਣਾ ਹੋਵੇ ਗੁਜਰਾਤ ਤੋਂ ਜਿਹੜਾ ਰੋਡ ਨਿਕਲਦਾ ਸਰਗੋਧਾ ਰੋਡ ਉਸ ਰੋਡ ਦੇ ਉੱਤੇ ਆਉਣ ਦੇ ਅੱਗੇ 3 ਕਿਲੋਮੀਟਰ ਤੋਂ ਬਾਅਦ ਇਹਨਾਂ ਦਾ ਪਿੰਡ ਆਉਂਦਾ। ਇਹੀ ਇਹਨਾਂ ਦੀ ਲੋਕੇਸ਼ਨ ਹੈ। ਬਾਕੀ ਜਿਹੜੀ ਗੱਲਬਾਤ ਇਹਨਾਂ ਡੰਗਰਾਂ ਦੀ ਉਹ ਸਾਰੀ ਇਨਸ਼ਾਅੱਲਾ ਇੱਕ ਇੱਕ ਜਾ ਕੇ ਤਫਸੀਲ ਜਿਹੜੀ ਹੈ ਭਾਈ ਮਦਰਸਾ ਕੋ ਪੁੱਛ ਲਾਂਗੇ ਨਾਲ ਪੁੱਛ ਲਾਂਗੇ ਕਿ ਟੋਟਲ ਜਿਹੜਾ ਹੈ ਨਾ ਇਹ ਕਿੰਨੇ ਜਾਨਵਰ ਲੈ ਕੇ ਇਹਨਾਂ ਨੇ ਜੋ ਕਿੰਨੇ ਵੇਖੇ ਨੇ ਔਰ ਕਿੰਨੇ ਖੜੇ ਨੇ। ਬਾਕੀ ਡੰਗਰ ਵੇਖ ਲੈਣੇ ਨੇ। ਅਗਲੀ ਗੱਲਬਾਤ ਜਿਹੜੀ ਹੈ ਉਹ ਜਿਹੜੇ ਜਿਹੜੇ ਭਰਾ ਨੂੰ ਪਸੰਦ ਆਵੇ ਨੰਬਰ ਸਕਰੀਨ ਤੇ ਲੱਗ ਜਾਣਾ ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੇ ਫਾਈਨਲ ਕਰ ਲੈਣਾ। 12 ਜੇ ਬੁੱਧ ਹੈ ਤਾਰੀਖ ਬਣਦੀ ਹੈ 11/12/2024। ਬਾਕੀ ਅੱਲਾ ਪਾਕ ਰੱਖੇ ਹੈਰ ਤੇ ਬਿੱਲਾ ਤਕਰੀਰ ਜਿਹੜਾ ਨਾ ਵੀਡੀਓ ਕਰਨੇ ਆ ਜੀ। ਚਲੋ ਤੁਹਾਡੇ ਜੇ ਭਰਾ ਜਿਹੜੇ ਨੇ ਨਾ ਇਹਨਾਂ ਦੀਆਂ ਦੁਆਵਾਂ ਜਨਾਬ 24 ਘੰਟੇ ਇਹ ਨਾਲ ਨੇ ਸਾਡੇ ਜਿਹੜੇ ਬੇਸ਼ੱਕ ਜੀ ਤੁਹਾਡੀਆਂ ਦੁਆਵਾਂ ਸਾਡੀਆਂ ਕਿ ਜਿੰਨੇ ਵੀ ਸਾਡੇ ਫਾਲੋਅਰ ਨੇ ਜਿਹੜੇ ਵੀ ਸਾਡੇ ਕਸਟਮਰ ਨੇ ਨਾ ਉਹਨਾਂ ਦੀਆਂ ਦੁਆਵਾਂ ਸਾਡੇ ਨਾਲ ਹੀ ਨੇ। ਅੱਲਾਹ ਤਾਲਾ ਸਭ ਨੂੰ ਆਪਣੀ ਉਜ਼ਮਾਂ ਜੀ ਰੱਖੇ। ਕਿੰਨੇ ਜਾਨਵਰ ਲੈ ਕੇ ਆਏ ਭਰਾਵਾਂ ਨੂੰ ਸ਼ੌਕ ਵਖਾਉਂਦੇ ਜੇ ਆਪਣੀਆਂ 5 ਝੋਟੀਆਂ ਜੇ ਠੀਕ ਹੈ ਤੇ 2 ਵੈੜੀਆਂ ਵੈਰੀ ਗੁੱਡ ਤੇ 3 ਬਰੀਡਰ ਲੋ ਜੀ ਬਾਟ ਸਾਹਿਬ ਦੇ 3 ਬਰੀਡਰ ਵੀ ਆਏ ਬਾਟ ਸਾਹਿਬ ਵਾਲੇ 3 ਬਰੀਡਰ ਨੇ 5 ਝੋਟੀਆਂ ਜੀ ਇੱਕ ਮਾਝੀ ਗੱਭੜ ਨੇ ਤੇ 2 ਵੈੜੀਆਂ ਨੇ ਠੀਕ ਹੋ ਗਿਆ ਇਹਦੇ ਵਿੱਚੋਂ 3 ਡੰਗਰ ਜਿਹੜੇ ਨੇ ਵੇਚੜੇ ਨੇ ਠੀਕ ਹੈ ਤੁਹਾਨੂੰ ਨਾਲੇ ਸਲਾਮ ਤੇ ਦਿੰਦੇ ਨੇ ਆਪਣੇ ਬਲਾਕ ਬਾਟ ਸਾਹਿਬ ਵਰੀ ਗੜਿਆਲ ਦੇ ਮਾਸ਼ਾਅੱਲਾ ਜਨਾਬ ਉਹਨਾਂ ਪਿਛਲੇ 3 ਮਹੀਨੇ ਪਹਿਲਾਂ ਝੋਟੀ ਖੜੀਆਂ ਨੇ ਜੀ ਫਿਰ ਪਿਛਲੇ ਹਫਤੇ ਖੜੀਆਂ ਨੇ ਸਲਾਮ ਤੇ ਦਿੰਦੇ ਆ ਤੇ ਦੁਆ ਵੀ ਬੜੀ ਪਦੇ ਨਾਲ ਕਿਸਮ ਲੈ ਕੇ ਤੁਸੀਂ ਮਜ਼ਦੂਰ ਭਾਈ ਨੇ ਅੱਲਾ ਤਾਲਾ ਫੇਰ ਪਿਆ ਨੇ ਸਾਰਾ ਘਰ ਹੀ ਤੁਹਾਨੂੰ ਦਸਰ ਦਾ ਦੁਆ ਦਾ ਦਿੰਦਾ ਜੀ। ਚਲੋ ਜੀ ਇਸੇ ਚੀਜ਼ ਦੀ ਜ਼ਰੂਰਤ ਹੈ ਐਕਟੀ ਫਿਰ ਕਿਸੇ ਹੋਰ ਨੂੰ ਲੈ ਕੇ ਦਿੱਤੀ ਨੇ ਉਹ ਕੱਲ ਲੈ ਕੇ ਗਏ ਠੀਕ ਇੱਕ ਉਹ ਲੈ ਕੇ ਤੁਹਾਨੂੰ ਬੜਾ ਘੁੱਟ ਕੇ ਸਲਾਮ ਤੇ ਦਿੰਦੇ ਹਨ ਜੀ। ਵਾਲੇਕਮ ਅਸਲਾਮ ਜੀ। ਯਾ ਦੂਸਰੀ ਝੋਟੀ ਆਉਣ ਤੇ ਰੱਤੀ ਝੋਟੀ ਕੱਲੀ ਜੇ ਜੀ ਪਾਵਲ ਦੀ ਮਾਝੀ ਪਿੰਡ ਇਹ ਮਾਝੀ ਪਿੰਡ ਠੀਕ ਹੋ ਗਿਆ ਛੋਟੀ ਗੁਜਰਾਂ ਨੂੰ ਲਈਏ ਇਹ ਗੁਜਰਾਂ ਲਈ ਗਿਆ ਤੇ ਦੂਸਰਾ ਭਰਾਵਾਂ ਨੂੰ ਸ਼ੋਕ ਮਾਣਦੇ ਆ। ਵੈਰੀ ਗੁੱਡ ਜਨਾਬ। ਲੋ ਜੀ ਵੜੈ ਸਾਹਿਬ ਇੱਕ ਵਾਰੀ ਸਲਾਮ ਦਾ ਕਰੋ ਆਪਣੇ ਚਾਹਣ ਵਾਲਿਆਂ ਨੂੰ ਜੀ। ਸਭ ਮੁਸਲਮਾਨਾਂ ਨੂੰ ਮੇਰੀ ਤਰਫੋਂ ਅਸਲਾਮੁ ਅਲੈਕਮ। ਦੁਨੀਆ ਦੀ ਜੇ ਨੁੱਕਰ ਤੇ ਮੁਸਲਮਾਨ ਭਰਾਵੇ ਵਸਦੇ ਨੇ ਉਹਨਾਂ ਨੂੰ ਮੇਰੀ ਤਰਫੋਂ ਸਲਾਮ ਹੈ ਜੀ। ਤੇ ਹਰ ਵਾਰ ਦੀ ਤਰ੍ਹਾਂ ਖੁਸ਼ੀ ਦੁਆ ਪਰਦੇਸੀਆਂ ਵਾਸਤੇ ਅੱਲਾ ਤਾਲਾ ਸਭ ਨੂੰ ਆਪਣੀ ਉਜ਼ਮਾਂ ਚ ਰੱਖੇ। ਦੁਆ ਕਰਨਾ ਮੈਂ ਜੀ ਕਿ ਉਹ ਆਪਣੇ ਘਰ ਤੋਂ ਮਾਂ ਪਿਓ ਤੋਂ ਦੂਰ ਗਏ ਹੁੰਦੇ ਨੇ ਅੱਲਾ ਤਾਲਾ ਉਹਨਾਂ ਨੂੰ ਹੈ ਹਜ਼ਰ ਨਾਲ ਆਪਣੇ ਘਰਾਂ ਚ ਰਸਤਾ ਲੈ ਕੇ ਆਵੇ ਜੀ। ਬਿਲਕੁਲ ਤੇ ਆਪਣੀ ਉਜ਼ਮਾਂ ਚ ਰੱਖੇ ਤੇ ਦੂਸਰਾ ਸਾਡੇ ਚੈਨਲ ਨੂੰ ਵੇਖਦੇ ਰਹੋ ਤੇ ਸਬਸਕ੍ਰਾਈਬ ਕਰਦੇ ਰਹੋ ਤੇ ਸ਼ੇਅਰ ਕਰਦੇ ਰਹੋ ਜੀ। ਬਿਲਕੁਲ ਕਰੀਏ ਵੀਡੀਓ ਤੇ ਲਓ ਜੀ ਖੋਲੋ ਜੀ ਨੰਬਰ ਜਿਹੜੀ ਹੈ ਨਾ ਜੀ ਇੱਕ ਜਿਹੜਾ ਨਾ ਤੇ ਬਲਾਲ ਤੇ ਕਾਇਦ ਬਾਕੀ ਜਿਹੜੀ ਗੱਲਬਾਤ ਹੈ ਇਨਸ਼ਾਅੱਲਾ ਇੱਕ ਇੱਕ ਤੇ ਜਾ ਕੇ ਜਿਹੜਾ ਨਾ ਤੇ ਭਾਈ ਮਦਸਰ ਕੋ ਪੁੱਛ ਲੈਣੇ ਲੋ ਜੀ ਝੋਟੀ ਨੰਬਰ ਜਨਾਬ ਇੱਕ ਮਾਸ਼ਾਅੱਲਾ ਜਨਾਬ ਆ ਕੇ ਜੀ ਕੈਮਰਾ ਦੇ ਸਾਹਮਣੇ ਲੈਣੇ ਲੈਣੇ ਜਿਹੜਾ ਨਾ ਇਹ ਨਸੀਬ ਨੇ ਜਨਾਬ ਆਇਕ ਮੇਲ
ਔਰ ਫਿਰ ਇਹਦੀਆਂ ਜਿਹੜੀਆਂ ਬਰੀਕੀਆਂ ਨੇ ਨਾ ਜੀ, ਬੜੀ ਨਸਲ ਵਿੱਚ ਅੱਲਾਹ ਤਾਲਾ ਗੱਲਾਂ ਨੇ ਸਾਰੀਆਂ ਹੈਰ ਦੀਆਂ, ਹੈਰ ਹੋਣੀ ਚਾਹੀਦੀ ਹੈ, ਜ਼ਿੰਦਗੀ ਹੋਣੀ ਚਾਹੀਦੀ ਹੈ ਆਪਣੇ ਆਪ ਹੀ ਮਾਸ਼ਾਅੱਲਾ ਨਿਕਲ ਹੁੰਦਾ। ਵੈਰੀ ਗੁੱਡ। ਤੇ ਫਿਰ ਭਾਈ ਮੈਂ ਦੱਸਾਂ, ਜਿਸ ਵਿਹੜੇ ਝੋਟੀ ਨੇ ਵੜ ਜਾਣਾ ਹੈ ਨਾ, ਉੱਥੋਂ ਕਿਸੇ ਨੇ ਕੱਢਣ ਦਾ ਨਾਂ ਨਹੀਂ ਲੈਣਾ। ਤਾਲਾ ਭਾਜੀ ਕੱਢਣ ਦਾ ਨਾਂ ਨਹੀਂ ਲੈਣ ਲੱਗਾ ਜਿਸ ਬੰਦੇ ਨੂੰ ਦਈ ਹੈ ਨਾ। ਉਹਨੇ ਮੈਨੂੰ ਇਹ ਆਖਿਆ ਮੱਝ ਘਰ ਰੱਖੀ ਉਹਨਾਂ ਚੁਆਈ ਚੋਈਓ, ਠੀਕ ਹੈ, ਕੱਢਣ ਨੂੰ ਲਗਾ ਮੈਂ ਤੇ ਅਗਲੇ ਘਰ ਦੇਣੀ। ਉਹਨੇ ਇਹ ਪਿਆ ਦਵਾਵਾ ਦਵੇ ਦਾ ਜੀ, ਚੀਜ਼ ਵੇਖ ਕੇ ਭਰਾ ਸਾਡੇ ਜ਼ਿਆਦਾ ਸਾਰੀ ਸੋਨਾ ਭਾਜੀ ਸਾਰੀ, ਕਿਸੇ ਪਾਸੋਂ ਪਿੱਤਲ ਦਾ ਟਾਂਕਾ ਵੀ ਨਹੀਂ ਆਇਆ ਜੀ। ਬਿਲਕੁਲ ਧੁਨੀ ਤੋਂ ਲੈ ਕੇ ਸਾਰਾ ਵੇਖਣ ਕਿੱਡਾ ਸੋਹਣਾ, ਔਰ ਮੂੰਹ ਦੀਆਂ ਸਾਲਤਾਂ ਮਾਸ਼ਾਅੱਲਾ ਜਨਾਬ, ਚੈੱਕ ਕਰਨੀਆਂ ਨੇ ਕਿ ਕੋਈ ਰਸੇ ਦੀ ਜ਼ਰੂਰਤ ਨਹੀਂ। ਤੇ ਫਿਰ ਚੁਵਾ ਵੀ ਭਾ ਸੌ ਮਸਕੀਨ ਇੱਡੀ ਕੇ ਜਿੰਜਾ ਰਸਾ ਪਾਣੀ ਲੋੜ ਹੀ ਕੋਈ ਨਹੀਂ, ਠੀਕ ਹੈ। ਸੜਕ ਦੇ ਵਿਸਤਾਰ ਦਿਹਾੜੀ ਤਰੇ ਵਾਰੀ ਕਿਸੇ ਭਰਾ ਆਖਿਆ ਨਾ ਜੀ, ਇਨਸ਼ਾਅੱਲਾ ਲੱਤ ਨਹੀਂ ਲਾਣ ਲੱਗੀ ਆਖਦੀ ਜੋ ਮੇਰੇ ਕੋਲ ਹੈ ਨਾ, ਠੀਕ ਹੈ। ਮਾਸ਼ਾਅੱਲਾ ਜਨਾਬ, ਇੰਜ ਦੇ ਮਿਲਣ ਜਿਹੜਾ ਹੈ। ਲੋ ਜੀ ਭਾਈ ਦੱਸਾਂ, ਬੱਚਾ ਕਿਸ ਮਗਰ ਹੈ? ਬੱਚਾ ਦੇ ਮਗਰ ਭਾ ਜੀ ਕੱਟਾ ਹੈ, ਠੀਕ ਹੈ, ਤਕਰੀਬਨ 15-16 ਦਿਨਾਂ ਦੀ ਸੂਈ ਹੈ। ਲੋ ਜੀ 15 ਤੇ 16 ਡੰਗਾ, ਐਤਵਾਰ ਮੇਰੇ ਕੋਲ ਆਈ ਹੈ ਤੇ ਰਾਤ ਵੀ ਸੱਚਦੀ ਸੀ, ਠੀਕ ਹੋ ਗਿਆ। ਰਾਤ ਸਾਹਿਬ ਤੂੰ ਬਿਲਕੁਲ ਸਾਫ਼ ਪਾਕ ਹੋ ਗਈ ਹੈ। ਲੋ ਜੀ ਸੂਬੇ ਤੇ ਰਵੇ ਮੁਕੰਮਲ ਨੇ, ਮੁਕੰਮਲ ਹੋ ਗਏ, ਦੁੱਧ ਲੱਗ ਗਈ ਹੈ ਨਾ। ਕੱਲੀ ਭਾ ਜੀ ਵੇਖੋ ਨਾ, ਪੂਰੀ ਜਰ ਪੱਤਰ ਸੀ ਦੀ ਗੱਟੀ ਨਹੀਂ ਹੁੰਦੀ ਜੀ। ਇਨਸ਼ਾਅੱਲਾ ਮੈਂ ਮੂੰਹ ਨੂੰ ਵੀ ਤਰੀਵਾ ਬੋਲਨੀਆਂ ਨੇ, ਚੀਜ਼ ਅੱਗੇ ਗੱਲ ਕੀਤੀ ਹੈ, ਇਹ ਤਾਰੀਫ ਦੇ ਕਾਬਲ ਕਾਬਲ, ਇਹਦੀ ਤਾਰੀਫ ਭਰਾਵਾਂ ਨੇ ਆਪ ਕਰ ਲੈਣੀ। ਸਾਡੀ ਡਿਊਟੀ ਹੈ ਕਿ ਲਿਆ ਕੇ ਭਰਾਵਾਂ ਨੂੰ ਕੈਮਰੇ ਦੇ ਸਾਹਮਣੇ ਖਿਲਾ ਕੇ ਬਖਾਣੀ। ਇਨਸ਼ਾਅੱਲਾ ਭਾ ਜੀ ਰਾਜ਼ਕ ਮੇਰਾ ਵਾਧਾ ਅੱਲਾ ਸ਼ਰੀਕ ਹੈ, ਮੇਰੇ ਰਿਜ਼ਕ ਦਾ ਕੋਈ ਨਹੀਂ, ਜੋ ਮੇਰੇ ਨਸੀਬ ਚ ਲਿਖੇ ਆ ਸੁਣਾ ਅਜ਼ਲ ਤੋਂ, ਉਹ ਮੇਰੇ ਸੋਹਣੇ ਰੱਬ ਮੈਨੂੰ ਦੇਣਾ ਹੀ ਹੈ। ਸੱਚ ਦਾ ਲੈਣਾ ਤੇ ਲੈਣਾ ਮੈਂ ਮਤਲਬ ਕਿ ਜੈਦ, ਵੈਰੀ ਗੁੱਡ ਜਨਾਬ, ਗੱਲ ਸੱਚੀ ਕਰਨੀ ਹੈ, ਸਟੇਟਮੈਂਟ ਬੰਦੇ ਆ, ਖਰੀਆਂ ਗੱਲਾਂ ਕਰਨੀਆਂ ਨੇ। ਜਿਹੜਾ ਦੁੱਧ ਦੱਸਾਂ ਦੇ ਰੱਤੀ ਮਾਝ ਕੱਲੀ ਹੈ, ਬਜ਼ੁਰਗ ਦੋ ਆਏ ਬਾਹਰ 14 ਕਿਲੋ ਦੁੱਧ, ਠੀਕ ਹੈ, ਸ਼ਾਮੀ ਮੇਰੇ ਕੋਲ ਰਹੇ ਨੇ, ਜਿਹੜੀ ਖਿਦਮਤ ਹੋ ਸਕੀ ਹੈ ਰਾਤੀ ਉਹਨਾਂ ਦੀ ਕੀਤੀ ਹੈ, ਸਵੇਰੇ ਕੀਤੀ ਹੈ, ਸ਼ਾਮੀ ਉਹਨਾਂ ਡੱਬੇ ਮਾਰੇ ਨੇ, ਸਵੇਰੇ ਵੀ ਡੱਬੇ ਮਾਰੇ, ਆਪਣੀ ਤਸੱਲੀ ਕਰ ਤਸੱਲੀ ਕੀਤੀ। ਉਹਨਾਂ 14 ਕਿਲੋ ਦੁੱਧ ਦੱਸਿਆ, ਜਾਦ ਬਗੈਰ ਉਹਨਾਂ 7 ਡੱਬੇ ਪਾ ਸਵੇਰੇ ਮਾਰੇ ਨੇ, ਠੀਕ ਹੈ, 6:30 ਸ਼ਾਮੀ ਮਾਰੇ ਨੇ, ਉਹਨਾਂ ਦੁੱਧ ਹੋਇਆ ਅੱਜ ਉਹਨਾਂ ਨੂੰ ਪਾਕ ਕਰ। ਵੈਰੀ ਗੁੱਡ ਜੀ, ਅੱਲਾ ਪਾਕ ਉਹਨਾਂ ਦੇ ਨਸੀਬ ਕਰੇ। ਭਾਈ ਮੈਂ ਦੱਸਾਂ ਕੀ ਦੁੱਧ ਹੱਥਾਂ ਮੈਂ ਇਹ ਭਾਜੀ, ਜਿਹੜੀ ਗੱਲ ਦੱਸਾਂ ਦਾ ਨਾ, ਫਿਰ ਦੇਖੋ 6 ਕਿਲੋ ਦਾ ਕੋਈ ਭਰਾ ਵੀ ਸਿਆਣੇ ਲਾਂਬਾ ਨਹੀਂ ਦਿੰਦੇ ਜੀ, ਬਿਲਕੁਲ, ਦੁੱਧ ਪੁੱਤਰ ਨਸੀਬ ਦਾ ਇਹਨਾਂ ਦੇ ਵਿੱਚ ਨਹੀਂ ਵੜੇ ਹੁੰਦੇ, ਉਹ ਕਿਤੇ ਪਾਇਆ ਲੈਣਾ ਹੁੰਦਾ, ਠੀਕ ਹੈ। ਸਭ ਤੋਂ ਵੱਡੀ ਗੱਲ ਹੁੰਦੀ ਹੈ ਥਣਾ ਦੀ ਜੀ, ਉਹ ਮੇਰੀ ਤਸੱਲੀ ਹੋਵੇ ਦੀ ਝੋਟੀ ਕੋਲ ਭਾਜੀ ਆ ਸਾਬ ਦੁੱਧ ਦੇ 15 ਤਸੱਲੀ। ਲੋ ਜੀ 15 ਛੱਡ ਕੇ 14 ਕਿਲੋ, 14 ਪਹਿਲੇ ਸੂਬੇ ਮਾਲਕਾਂ ਆਖਿਆ 17-18 ਚੁੰਦੇ ਰਹੇ ਆ, ਠੀਕ ਹੈ, ਮੈਂ ਨਹੀਂ ਚੋਇਆ, ਮੈਂ ਜੋ ਚੋਇਆ ਭਰਾਵਾਂ ਨੂੰ ਉਹ ਕਹਿ ਦੱਸਣਾ ਜੀ, ਬਿਲਕੁਲ, ਉਹਦੇ ਜੋ ਵੀ ਕਿਲੋ ਛੱਡ ਸੜਿਆ, ਕਿਲੋ ਛੱਡਿਆ, ਬਸ ਜਿਹੜਾ ਭਰਾ ਇਹਦੀ ਖਿਦਮਤ ਕੀਤੀ ਉਸ ਨਾਲ ਚਰਕੀ ਚਾਰੂ ਹੈ, ਜੋ ਪਾਓ ਖਾ ਜਾਂਦੀ ਹੈ। ਇਨਸ਼ਾਅੱਲਾ ਤਾਲਾ ਜਿਹੜਾ ਪਿਛਲੇ ਘਰ ਦੀ ਆਵਾਜ਼ ਆਈ ਹੈ ਨਾ, ਉੱਥੇ ਜਾਈ ਨਹੀਂ ਇਨਸ਼ਾਅੱਲਾ ਜਨਾ। ਲੋ ਜੀ ਵਡਾਈ ਸਾਹਿਬ ਦੀ ਗ੍ਰੇਟ, ਹੁਣ ਤੁਸੀਂ ਵੀ ਆਵਾਜ਼ ਦਿਓ, ਕਿੰਨੇ ਦੀ ਝੋਟੀ ਦੇ ਰਹੇ ਹੋ? ਪੱਕਾ ਜਿਹਾ ਮੁੱਲ ਕਰ ਰਹਿਣਾ 8 ਜੇ ਜੀ, ਝੋਟੀਆਂ ਇਹਨਾਂ ਦੇ ਮੁੱਲ ਹੁੰਦੇ ਨੇ 5.5 ਤੇ 5.25, ਠੀਕ ਹੈ, 4.5 ਵੀ ਨਹੀਂ ਮੁੱਲ ਕਰਦਾ, ਵੈਰੀ ਗੁੱਡ ਜਨਾਬ, 4.25 ਵੀ ਨਹੀਂ ਕਰਦਾ, ਖੁਸ਼ ਰਹੋ ਬੱਬਰ ਸ਼ਾਹ, ਆ ਪੱਕਾ ਮੁੱਲ ਕਰਨ ਦਾ ਗੱਲ ਕੀਤੀ ਹੈ, ਮਾਸ਼ਾਅੱਲਾ ਦੇ ਕਮੈਂਟ ਹੁੰਦੇ ਨੇ ਤੇ ਐਵੇਂ ਨਹੀਂ ਹੁੰਦੇ ਜੀ, ਇਨਸ਼ਾਅੱਲਾ ਜਿਸ ਘਰ ਗਏ ਸਾਰੇ ਭਰਾਵਾਂ ਦੇ ਸ਼ਰੀਕ ਭਰਾ ਆਉਂਦੇ ਨੇ, ਕੋਈ ਇਹ ਆਖੇ ਵਰੈਜ ਕੋਲੋਂ ਚੀਜ਼ ਲੈ ਕੇ ਆਉਂਦੇ ਆ, ਫਿਰ ਲਾਮ ਝੋਟੀ, ਲਾਮ ਝੋਟੀ ਭਾਜੀ ਕਿਸੇ ਪਾਸੇ ਸੁੰਜੀ ਨਹੀਂ ਆ। ਲੋ ਜੀ ਵਡਾਈ ਸਾਹਿਬ, ਕਿਤਨੇ ਦੀ ਝੋਟੀ ਦੇ ਸੜਨੀ? ਮੂਹਰੇ ਇੱਕ ਯਾਦ ਰੱਖਣ ਭਰਾ, ਰੂਹ ਇਮਾਨ, ਰੂਹ ਇਮਾਨ ਵਾਧਾ ਉਲਾ ਸ਼ਰੀਕ ਜਾਣਦਾ ਵਾਕਿਆ।
ਜਿਸ ਭਰਾ ਨੂੰ ਪਸੰਦ ਆ ਵੇਲੋ ਜੀ ਚਾਰ ਦਸਾਂ ਦੀ ਜਿਹੜਾ ਜੇ ਨਾ ਇੱਕ ਨੰਬਰ ਵਾਲੀ ਝੋਟੀ ਤੇ ਆਏ ਬੰਦੇ ਦੀ ਕਦਰ ਪਿਆਰ ਮੁਹੱਬਤ ਇਸ ਜਨਾਬ ਅੱਗੇ ਵੀ ਹੁੰਦਾ ਤੇ ਇਨਸ਼ਾਅੱਲਾ ਜੀ ਪਿਆਰ ਮੁਹੱਬਤ ਜੇ ਹਦਾੜੇ ਮੁੱਕ ਗਿਆ ਗੱਲਾਂ ਹੀ ਮੁੱਕ ਜਾਣ ਜੀ ਬਿਲਕੁਲ ਜਨਾਬ ਹੋ ਰਿਹਾ ਤੇ ਦੁਨੀਆਂ ਤੱਕ ਜਿਹੜਾ ਹੈ ਨਾ ਪਿਆਰ ਮੁਹੱਬਤ ਜ਼ਰੂਰ ਹੋਵੇ। ਚਲੋ ਜੀ ਅੱਗੇ ਆ ਕੇ ਜੀ ਨੰਬਰ 2 ਤੇ ਜਿਹੜਾ ਬੂਰੀ ਔਰ 5 ਕਲਿਆਣ ਕੀ ਆਉਂਦੇ ਤਿਲਾਂ ਵਾਲੇ ਜੀ ਬਿਲਕੁਲ ਜਨਾਬ ਸਾਦੀ ਬੂਰੀ ਨਹੀਂ ਤਿਲਾਂ ਵਾਲੀ ਬੂਰੀ ਹੈ 5 ਕਲਿਆਣ ਹੈ ਮੁੱਛ ਬੱਗੀ ਹੈ ਚਾਰੇ ਪੈਰ ਜਿਹੜਾ ਹੈ ਨਾ ਇਹਦੇ ਜਨਾਬ ਧੁੱਚੇ ਨੇ ਅੱਖਾਂ ਦੋਵੇ ਇੱਕੋ ਜਿਹੀਆਂ ਤਕਰੀਬਨ 19-20 ਦੇ ਰਹੇ ਸੀ। ਲੋ ਜੀ ਮੈਲਾ ਛੜਾ ਸੱਟ ਗਈ ਵੈਰੀ ਗੁੱਡ ਜਨਾਬ ਵੇਖਣ ਕਿੱਡਾ ਸੋਹਣਾ ਪਾਵਰ ਵਾਲਾ ਔਰ ਪਾਏਦਾਰ ਪਾਏਦਾਰ ਹੈ ਨੁਕਰਾ ਦੇ ਲੱਗੇ ਆ ਤੇ ਚੁਵਾ ਵੀ ਏਡਾ ਹੀ ਸੋਹਣਾ ਹੋਵੇਗਾ ਮੋਟੀ ਚੁਵਾ। ਲੋ ਜੀ ਮਗਰ ਵੀ ਕੱਟੀ ਤੇ ਫਿਰ ਇਹਦੇ ਵੀ ਮੂੰਹ ਦੀ ਤਸੱਲੀ ਜਿਹੜੀ ਹੈ ਨਾ ਇਹ ਭਰਾਵਾਂ ਨੇ ਵੀਡੀਓ ਜੇ ਕਰਨੀ ਹੈ ਕਿ ਮੂੰਹ ਪੱਟ ਕੇ ਤਸੱਲੀ ਜਨਾਬ ਮੂੰਹ ਦੀਆਂ ਸਾਲਤਾਂ ਸ਼ਰਾਫਤਾਂ ਇਹ ਜਨਾਬ ਮੁਕੰਮਲ ਤਕਾਸੜੀਆਂ ਨੇ ਤੇ ਭਾਈ ਮੈਂ ਦੱਸਾਂ ਬੂਰੀ ਝੋਟੀ ਕੋਲੇ ਕੀ ਕੁ ਦੁੱਧ ਆ ਪਾ ਝੋਟੀ ਕੋਲੇ ਇਸ ਟਾਈਮ ਦੁੱਧ ਹੋਵੇ ਦਾ 13 ਸਿਰ 12 ਤਸੱਲੀ ਦਾ ਵਾਣਾ। ਲੋ ਜੀ 12 ਕਿਲੋ ਜਨਾਬ ਇਹਦੇ ਕੋਲੇ ਸਾਰੀ ਦਾ ਦੁੱਧ ਹੋਵੇ ਦਾ ਭਾਜੀ ਕੋਈ ਭਰਾ ਅਗਰ ਮੱਝ ਦੇ ਵਿੱਚ ਪੂਰੀ ਨਾ ਉਤਰੇ ਤੇ ਜਨਾਬ ਟੋਕਨ ਇਹ ਸਮਝਣਾ ਕਿ ਬਿਆਨਾ ਜਿਹੜਾ ਹੈ ਨਾ ਇਹ ਮੰਨਤ ਪਈ ਹੈ ਇਨਸ਼ਾਅੱਲਾ। ਐਤਵਾਰ ਮੇਰੇ ਕੋਲ ਆਈਆਂ ਨੇ ਅੱਜ ਬੁੱਧ ਦੋ ਤੋਂ 3 ਦਿਹਾੜੇ ਚੀਜ਼ ਆਪਣੇ ਵਾਸਤੇ ਲਵੀ ਦੀ ਹੈ ਚੰਗੀ ਕਰਕੇ ਲਵੀ ਦੀ ਹੈ ਮਾੜੀ ਕਰਕੇ ਨਹੀਂ ਲਵੀ ਦੀ ਹੈ ਸਾਡੀ ਦੁਕਾਨਦਾਰੀ ਜੀ ਬਿਲਕੁਲ ਲੱਗੂ ਤੇ ਨਸੀਬ ਨੇ ਭਰਾਵਾਂ ਦੇ ਨਸੀਬ ਨੇ ਜੋ ਇਹਨਾਂ ਪਾਣਾ ਲੈਣਾ ਨਸੀਬ ਦਾ ਹੁੰਦਾ ਕਿਸੇ ਪਾਇਆ ਲੈਣਾ ਮੇਰੇ ਚੀਜ਼ ਡੰਗਰ ਕਿਸੇ ਵੀ ਥਾਂ ਵਿੱਚ ਫਰਕ ਨਹੀਂ ਆਉਂਦਾ ਇਨਸ਼ਾਅੱਲਾ ਜਨਾਬ। ਲੋ ਜੀ ਬੜਾਈ ਸਾਹਿਬ ਦੀ ਗ੍ਰੇਡ ਕਿੰਨੇ ਦੀ ਝੋਟੀ ਦੇ ਸਾਰੀ ਝੋਟੀ ਤੇ ਆਂਦੀ ਹੈ 4.5 ਮੁੱਲ ਕਾ ਠੀਕ ਹੈ ਪੌਣੇ 4 ਵਜੇ ਪਾ ਵੈਰੀ ਗੁੱਡ ਜਨਾਬ। ਅੱਗੇ ਜੋ ਮੁੱਲ ਕਰਨੇ ਨੇ ਐਵੇਂ ਨਹੀਂ ਸ਼ਾਮ ਨੂੰ ਵਿਹਲੇ ਆਓਗੇ ਤੁਹਾਨੂੰ ਭਾਜੀ ਫੋਨ ਕਰੇ ਦਾ 3 ਚੋ ਲੋ ਜੀ ਪਾ ਦੇ ਜੀ ਬਿਲਕੁਲ ਅਲਹਮਦੁਲਿਲਾ ਸ਼ੁਕਰ ਉਸ ਪਾਕ ਜ਼ਾਤ ਦਾ ਵਾਧਾ ਉਲਾ ਸ਼ਰੀਕ ਦਾ ਤੇ ਭਰਾਵਾਂ ਦਾ ਤਾਵਾਂ ਨੇ ਜੀ ਬਿਲਕੁਲ ਤੇ 3 ਤੋਂ ਕਦੇ ਟਾਈਮ ਉਤਾ ਗਿਆ ਨਹੀਂ ਗਿਆ ਹੀ ਨਹੀਂ ਜੈਦ ਰੋਜ਼ੀ ਲਵੀ ਦੀ ਹੈ ਤੇ ਲਵੀ ਦੀ ਅੱਖ ਸੱਚ ਦੀ ਠੀਕ ਹੈ 3,55,000 ਦਾ ਚੁੱਕ ਗਿਆ ਯਾ ਰਾਜ਼ੀ ਹੈ ਤੇਰੇ ਤੇ 3,50,005 ਇਨਸ਼ਾਅੱਲਾ ਜਿਸ ਘਰ ਗਈਆਂ ਨਾ ਝੋਨੇ ਲੱਗੇ ਆ ਲਿਆਓ ਜੀ ਅੱਗੇ ਖੋਲ ਕੇ ਜਨਾਬ ਨੰਬਰ ਜਿਹੜੀ ਜੇ ਨਾ ਇਹ 3 ਬਲਾਲ ਇੱਕ ਵਾਰੀ ਤਕਾਏ 2 ਤੇ ਹੋ ਗਈਆਂ ਨੇ ਮੁਕੰਮਲ ਇਹਨਾਂ ਦਾ ਜਨਾਬ ਮੁੱਲ ਲੱਗ ਗਿਆ ਤੇ ਕਿ ਨੰਬਰ 3 ਤੇ ਮੁੱਛ ਬੱਗੀ ਜਿਹੜਾ ਮੁੱਛ ਬੱਗੀ ਵਾਲੀ ਦੂਜੇ ਸੂਏ ਝੋਟੀ ਆ ਥਣ ਭਰਾ ਮੇਰੇ ਵੇਖਣ ਤੇ ਚੁਆ ਭਾਜੀ ਫਿਰ ਇੱਡਾ ਕੋ ਪੋਲਾ ਵੇਲਾ 9-10 ਸਾਲ ਦਾ ਬੱਚਾ ਹੋਇਆ ਨਾ ਭਾਜੀ ਜੀ ਉਹ ਵਿੱਚ ਹੋਵੇ ਕਿਤਨੀ ਪੋਲੀ ਹੈ ਮਾਸ਼ਾਅੱਲਾ ਇੰਜ ਦੀ ਜਿਹੜਾ ਹੈ ਨਾ ਇਹਦੀ ਚੁਆਈ ਹੈ ਤੇ ਫਿਰ ਥਾਣੀ ਚਾਰੇ ਇੱਕ ਮੁੱਠ ਇੱਕ ਰੋਗ ਦਾ ਜਿਹੜਾ ਹੈ ਨਾ ਬੜੀ ਮੈਂ ਨਾ ਬਾਤੀ ਜਿਹਨੂੰ ਚੰਗੀ ਆਉਂਦੇ ਨੇ ਭਾਜੀ ਉਹ ਚੰਗੀ ਹੈ ਤੇ ਨਸਲ ਦਾਤ ਵਿੱਚ ਪੂਛਲ ਵੇਖਰ ਕਿੱਡਾ ਵੀ ਕਿੱਪ ਘੱਟੀ ਦੀ ਜੀ ਬਿਲਕੁਲ ਤੇ ਮੁੱਛ ਬੱਗੀ ਵਾਲੀ ਉਂਝ ਵੀ ਡੰਗਰ ਜਿਹੜਾ ਨਾ ਖਰਾ ਹੀ ਨਿਕਲਦਾ ਜੀ ਬਿਲਕੁਲ ਜਨਾਬ ਫਿਰ ਅੱਖਾਂ ਦੋਵੇਂ ਇੱਕੋ ਜਿਹੀਆਂ ਲੋ ਜੀ ਫਿਰ ਇਹਦੇ ਵੀ ਮੂੰਹ ਦੀ ਤਸੱਲੀ ਕਰਨੀ ਹੈ ਭਾਈ ਮੈਂ ਦੱਸਾਂ ਕਿੰਨੇ ਦਿਨਾਂ ਦੀ ਸੂਈ ਹੈ
ਮਗਰ ਜਨਾਬ ਕੱਟੀ ਮਾਸ਼ਾਅੱਲਾ ਦੋ ਗਈਆਂ ਤੇ ਫਿਰ ਲਿਬਾਸ ਦਾ ਰੰਗ ਸੁਰਾ ਹੈ ਭਾਜੀ ਬੜੀ ਚੰਗੀ ਮਾਸ਼ਾਅੱਲਾ ਜਨਾਬ ਇਨਸ਼ਾਅੱਲਾ ਤਾਲਾ ਰੂਹੇ ਮਾਨ ਭਾਜੀ ਬਾਰਾ ਦੀ ਮਾਲਕ ਠੀਕ ਹੋ ਗਿਆ ਜਨਾਬ ਹਾਜ਼ਰ ਮੌਕਾ ਹਾਜ਼ਰ ਮੌਕਾ ਜੇ ਭਰਾ ਕਿਸੇ ਖਿਦਮਤ ਕੀਤੀ ਸੇਰ ਵਧਾਏ ਦੀ ਜੇ ਨਾਲ ਟੋਟੀ ਕੋਲ ਭਾਜੀ 12 ਦਿਨ ਦੁੱਧ ਦੇ ਮਾਸ਼ਾਅੱਲਾ ਜਨਾਬ ਖਾਣ ਵੇਖਣ ਪਾਵਰ ਵਾਲਾ ਭਾਜੀ ਕਿੱਡਾ ਸੋਹਣਾ ਔਰ ਫਿਰ ਲਿਬਾਸ ਲਕੀਰ ਆ ਲਕੀਰ ਬਾਤੀ ਭਾਜੀ ਨੂੰ ਚੰਗੀਆਂ ਦੇ ਨਾਲ ਬਾਤੀ ਚੰਗੀ ਜੀ ਇਨਸ਼ਾਅੱਲਾ ਉਹ ਨਹੀਂ ਲੋ ਜੀ ਬੜਾਈ ਸਾਹਿਬ ਹੁਣ ਬਿਸਮਿਲਲਾ ਪੜੋ ਜਨਾਬ ਜੇ ਤੁਹਾਨੂੰ ਪਸੰਦ ਆਵੇ ਕਿੰਨੇ ਦੀ ਝੋਟੀ ਦੇ ਸਾਨੀ ਪੱਕੇ ਜਾਂਦੇ ਨੇ ਭਰਾਵਾਂ ਨੂੰ ਵੀ ਪਤਾ ਮੁੱਲ ਕਿੱਥੇ ਸਮਾਨ ਤੇ ਗਏ ਨੇ ਜੀ ਬਿਲਕੁਲ ਕੋਈ ਲਿਓ ਜੀ ਅੱਗੇ ਜਨਾਬ ਜਿਹੜੀ ਨੰਬਰ 4 ਤੇ ਲੋ ਜੀ ਆ ਗਈ ਅੱਗੇ ਨੰਬਰ ਜਿਹੜੀ ਇਹਨਾਂ 4 ਇਹ ਵੀ ਮੁੱਛ ਵੱਗੀ ਹੈ ਮੁੱਛ ਵੱਗੀ ਹੈ ਭਾਜੀ ਦੂਜੇ ਸੂਹੇ ਝੋਟੀ ਹੈ ਥਣ ਗੁੱਲਾ ਭਰਾ ਵੇਖ ਲੈਣੇ ਠੀਕ ਹੈ ਹੋਰ ਫਿਰ ਭਾਜੀ ਧੁੰਨੀ ਤੋਂ ਲੈ ਕੇ ਨਾ ਤੋਰ ਸਾਰ ਤੱਕ ਲਿਬਾਸ ਜੀ ਬਿਲਕੁਲ ਜਨਾਬ ਔਰ ਬਰੀਕ ਜਿਹੜਾ ਬਰੀਕ ਜਿਹੜੀ ਬਾਤੀ ਭਾਜੀ ਚੱਗੀ ਜਿਹਨੂੰ ਆਉਂਦੇ ਰਹਿਣਾ ਸਾਰਾ ਸੋਨਾ ਠੀਕ ਹੈ ਦੁੱਧ ਦੀ ਭਾਜੀ ਨਹਿਰ ਹੀ ਹੋਵੇ ਜੀ ਠੀਕ ਹੈ ਵੇਖੋ ਨਾਲੇ ਇੱਕ ਹੱਡੀ ਦੀ ਇੱਕ ਹੱਡੀ ਸਾਰੀਆਂ ਮੱਝਾਂ ਦਾ ਇੰਜ ਦਾ ਪੁੱਠਾ ਨਹੀਂ ਜੀ ਬਿਲਕੁਲ ਹੱਡੀ ਇੱਕ ਸਿਰਫ ਕੱਪੜੇ ਦੇ ਘਾਟ ਕੱਪੜੇ ਘਾਟ ਨੇ ਤੇ ਵਡੇਰੇ ਵੀ ਜਾਂਦੇ ਨੇ ਤੇ ਭਰਾਵਾਂ ਨੂੰ ਵੀ ਪਤਾ ਇੱਕ ਹੱਡੀ ਵਾਲਾ ਡੰਗਰ ਜਿਹੜਾ ਨਾ ਜੀ ਹੁੰਦਾ ਚੰਗਾ ਹੀ ਮਾਸ਼ਾਅੱਲਾ ਇਹ ਚੰਗੀਆਂ ਦੇ ਨਿਸ਼ਾਨੀ ਹੈ ਬਾਤੀ ਚੰਗੀ ਨਿਕਲੀ ਹੈ ਦੂਸਰਾ ਭਰਾ ਮੇਰਾ ਲਿਬਾਸ ਵੇਖ ਲੈਣ ਇੰਜ ਦਾ ਹੀ ਲਿਬਾਸ ਟਾਈਮ ਸਿਰ ਹੋਵੇ ਤੇ ਭਾਜੀ ਲਾਲ ਨੇ ਪੈਸੇ ਨੀ ਕਰਾ ਤੇ ਇੰਜ ਚੋਣੇ ਤੋਂ ਬਾਅਦ ਇਹ ਚੀਜ਼ ਨੀ ਨਜ਼ਰ ਆਉਣ ਲੱਗੀ ਨੀਰੇ ਨਾ ਥਾਣੀ ਨਜ਼ਰ ਸਿਰਫ ਥਾਣ ਰਹਿ ਗਿਆ ਵੈਰੀ ਗੁੱਡ ਜਨਾਬ ਇਹਦੇ ਕੋਲ ਕਿੰਨਾ ਕੁ ਦੁੱਧ ਜਾਂਦਾ ਹੈ ਦੁੱਧ ਭਾ ਝੋਟੀ ਕੋਲ ਹੋਵੇ ਤਾਂ 12 ਫਿਰ ਠੀਕ ਹੈ 11 ਇਹ ਤਸੱਲੀ ਦੇਣੀ ਹੈ ਠੀਕ ਹੈ ਮੇਰੇ ਕੋਲ ਇੱਕ ਝੋਟੀ ਦਿੱਤੀ ਹੈ 475 ਦੀ ਜੀ ਠੀਕ ਹੈ ਦੋ ਝੋਟੀਆਂ ਪਹਿਲਣਾ ਹਨ ਜਿਹੜਾ ਨਾ ਜਾ ਤੂੰ ਗਈਆਂ ਹਨ ਹਾਲ ਠੀਕ ਹੈ ਉਹ ਝੋਟੀ ਵੀ ਜਾ ਨਹੀਂ ਲੈ ਲਿਆ ਇਹ ਝੋਟੀ ਨਾ ਜਾ ਨਹੀਂ ਲਿਆ ਇਹਨੇ ਬੱਚਾ ਨਹੀਂ ਲਿਆ ਬੱਚਾ ਨਹੀਂ ਲਿਆ ਭਾਪ ਲਾਲ ਬੱਚੇ ਨਾਲ ਸੇਮ ਟੂ ਸੇਮ ਵੇਖ ਲੈਣ ਪਿਛਲੇ ਖੁਰ ਜਿਹੜੀਆਂ ਅਕਸਰ ਭੁੱਲ ਜਾਂਦੀਆਂ ਦਸੀ ਦੀਆਂ ਨੇ ਟੀਕੇ ਦੇ ਨੇ ਟੀਕੇ ਦੇ ਦੋਵੇਂ ਟਾਈਮ ਭਰਾਵਾਂ ਦੇ ਘਰ ਜਾ ਕੇ ਪਹਾੜੇ ਦੇ ਝੋਟੀ ਨਾ ਮਿਲੇ ਟੀਕੇ ਮਿਲੇ ਟੀਕੇ ਮਿਲੇ ਦੀ ਗੱਡੀ ਲੱਦ ਕੇ ਤੇ ਬੂਹੇ ਦੇ ਅੱਗੇ ਫੋਨ ਕਰਨਾ ਭਾਜੀ ਤੂੰ ਆਹ ਦੱਸੇ ਆਏ ਤੇ ਝੋਟੀ ਜੇ ਮਿਲੇ ਨਾ ਤੇ ਬਾਅਦ ਵਿੱਚ ਜਾਨ ਨੂੰ ਬੜੀ ਬਾਹਰ ਦੇ ਤਰੀਕੇ ਨਾਲ ਕੋਈ ਟੱਪਦੀ ਨਹੀਂ ਕੋਈ ਨੱਚਦੀ ਸਿਰਫ ਪਸਮ ਦੀ ਜਿਹੜੀ ਪਸਮ ਦੀ ਸਿਰਫ ਪਹਾੜੇ ਤੇ ਕਈ ਮਜਾ ਹੁੰਦੀਆਂ ਨੇ ਸੂ ਕੇ ਪਹਾੜੇ ਦੇ ਲੱਗ ਜਾਂਦੀਆਂ ਨੇ ਜਾਨ ਨੂੰ ਬਾਅਦ ਚ ਪੈਂਦੀਆਂ ਜੀ ਬਿਲਕੁਲ ਜਨਾਬ ਖੜੀ ਨਿਕਲੀ ਇੱਕ ਕੋਠੀ ਸਾਰੀ ਠੀਕ ਹੋ ਗਿਆ ਜਨਾਬ ਲੋ ਜੀ ਭਾਈ ਮੈਂ ਦੱਸਾਂ ਰਿਹਾ ਗੱਲਬਾਤ ਦੇ ਜੇ ਸਾਰੀ ਦੱਸ ਛੜੀ ਕਿੰਨੇ ਦੀ ਝੋਟੀ ਦੇ ਫੜਨੀ ਪਾ ਪੱਕਾ ਜਾਂ ਸਾਰੀਆਂ ਚੀਜ਼ਾਂ ਮੱਦੇ ਨਜ਼ਰ ਵੇਖਣੀਆਂ ਪੈਂਦੀਆਂ ਨੇ ਇਹ ਚੀਜ਼ ਭਰਾ ਮੇਰੇ ਜਿੱਥੋਂ ਵੀ ਆਉਣ ਇਹ ਚੀਜ਼ ਨੂੰ ਮੱਦੇ ਨਜ਼ਰ ਰੱਖਣ ਕਿ ਇਹ ਗੱਲ ਹੈ ਪਹਾੜੇ ਦਾ ਨਾ ਮਿਲੇ ਤਾਂ ਝੋਟੀ ਮਿਲੇ ਠੀਕ ਹੋ ਗਿਆ ਜਨਾਬ ਚਵਾ ਵੀ ਭਾਜੀ ਡੱਗ ਸੋਹਣਾ ਹੋਵੇ ਤਾਂ ਜਿੰਨਾ ਗੱਲਾਂ ਹੀ ਛਾੜਰ ਵੱਖਰੀਆਂ ਹੁੰਦੀਆਂ ਜੀ ਠੀਕ ਹੈ ਤੇ 12 ਫਿਰ ਦੁੱਧ 11 ਇੱਕ ਤਸੱਲੀ ਦਾ ਦੱਸਣਾ ਜੀ
ਜਨਾਬ ਅੱਗੇ ਨੰਬਰ ਪੰਜ ਤੇ ਜਨਾਬ ਮਝ ਵਹਾ ਕੇ ਫੇਰ ਦੋ ਬੈੜੀਆਂ ਔਰ ਤਿੰਨ ਜਿਹੜਾ ਨਾ ਬਰੀਡਰ ਉਹ ਇਨਸ਼ਾਲਾ ਭਰਾਵਾਂ ਨੂੰ ਟਿਕਾਣੇ ਦੇ ਚਾਰ ਝੁੱਟੀਆਂ ਤੇ ਹੋ ਗਈਆਂ ਨੇ ਮੁਕੰਮਲ ਜਿਹੜੀਆਂ ਸੱਜਤ ਹੋਈਆਂ ਨੇ ਲੋ ਜੀ ਅੱਗੇ ਆ ਗਏ ਜੀ ਮਾਂ ਜਿਹੜੀ ਇਹਨੇ ਗੱਬਣ ਨੰਬਰ ਜਿਹੜਾ ਨਾ ਇਹ ਬਲਾਲ ਟਿਕਾਂਦਾ ਤੇ ਚਲੋ ਬਾਕੀ ਜਿਹੜੀ ਗੱਲਬਾਤ ਹੈ ਨਾ ਉਹ ਸਾਰੀ ਇਨਸ਼ਾਲਾ ਜੇ ਭਾਈ ਮੈਂ ਦੱਸਾਂ ਤੋਂ ਪੁੱਛ ਲੈਣਾ ਭਾਈ ਮੈਂ ਦੱਸਾਂ ਸੁਭਾ ਕੀ ਲੈਣਾ ਜੇ ਮੱਝੀ ਨੇ ਸੁਭਾ ਭਾਜੀ ਮੱਝੀ ਲੈਣਾ ਜੇ ਹੁਣ ਤਰਿਆ ਸੁੱਖ ਸੁਭਾ ਮੱਝੀ ਠੀਕ ਹੋ ਗਿਆ ਜੇ ਸਾਡੇ ਕੋਲ ਨਹੀਂ ਭਾਜੀ ਕੋਈ ਪਹਿਲੇ ਦੂਜੇ ਵਾਲਾ ਕੰਮ ਬਣਦਾ ਚੀਜ਼ ਵੇਖ ਕੇ ਨਜ਼ਰ ਆ ਜਾਂਦੀ ਹੈ ਠੀਕ ਹੋ ਗਿਆ ਇਹ ਲਈ ਪਿੰਡੂ ਹੀ ਹੈ ਜੀ ਹਫਤਾ ਦਾ ਪੂਰਾ ਲੈਂਦੀ ਹੈ ਇੱਕ ਵਾਰ ਹੈ ਇੱਕ ਵਾਰ ਪੂਰਾ ਦਾ ਲੈਂਦੀ ਹੈ ਠੀਕ ਹੋ ਗਿਆ ਜਨਾਬ ਖਾਣਾ ਦੀ ਮੇਰੀ ਤਸੱਲੀ ਹੈ ਪਿੱਛੇ ਦੀ ਮੇਰੀ ਤਸੱਲੀ ਹੈ ਠੀਕ ਹੈ ਦੂਸਰਾ ਪਿੰਡੂ ਲਈ ਹੈ ਚੂਰੂ ਹੋਰ ਲਈ ਹੋ ਨਾ ਇੱਕ ਵੱਖਰੀ ਗੱਲ ਹੁੰਦੀ ਜੀ ਉਹ ਪਿਛਲੇ ਸੂਏ ਠੀਕ ਹੈ ਮਾਂ ਦੇ ਵੀ ਚੁੱਲੇ ਹੀ ਠੀਕ ਹੈ ਮੇਰੀ ਤਸੱਲੀ ਹੋਵੇ ਦੀ ਥਣਾ ਦੀ ਤੇ ਪਿੱਛੇ ਦੀ ਵੈਰੀ ਗੁੱਡ ਜੀ ਲੇਕਿਨ ਲਿਬਾਸ ਥਣ ਵੇਖ ਕੇ ਨਾ ਤੇ ਭਰਾ ਵੀ ਆਖਣ ਦੇ ਤੇ ਮੈਂ ਵੀ ਆਹ ਬਾਕੀ 20 ਸਿਰ ਦੀ ਮਾਲਕ ਹੈ ਤੇ ਹੋਵੇ ਜੀ ਜੀ ਠੀਕ ਹੋ ਗਿਆ ਜੀ ਨਾ ਭਈਏ ਸਿਰਫ ਇੱਕ ਵਾਰ ਜਿਸੇ ਇੱਕ ਵਾਰ ਤਿਆਰ ਹੋਈ ਉਸ ਨਾਲ ਭਾਜੀ ਤੁਰ ਕੇ ਪਾਣੀ ਦੇ ਲਈ ਜਾਣ ਲੱਗੇ ਇਤਨਾ ਕੁ ਬਣਨਾ ਬਣਨਾ ਸੂ ਉਹਦੇ ਭਾਜੀ ਆ ਸਾਰੀ ਢਿੱਲੀ ਪਈ ਹਾਲੀ ਪਈ ਹਾਲੀ ਪਈ ਭਈਏ ਤੇ ਛੜਕਦੀ ਪਈਏ ਹੋਰ ਭਾਜੀ ਸਾਰ ਤੱਕ ਛੋਟੀ ਜਾਏ ਦੀ ਤੇ ਵੱਡੇ ਭਾਂਡੇ ਜੂ ਵੱਡਾ ਹੀ ਕਰ ਦੇ ਇਹ ਇਨਸ਼ਾਅੱਲਾ ਲੋ ਜੀ ਬੜਾ ਸਾਹਿਬ ਦੀ ਗ੍ਰੇਡ ਕਿਤਨੇ ਦੀ ਮਾਜ ਦੇ ਸਕਣੇ ਭਾਜੀ ਮਾਜ ਇਹ ਪੂਰੇ 6 ਲੱਖ ਦੀ ਜੀ 5ਵੇਂ ਦੇ ਮੁੱਲ ਕਰਨਾ ਵੈਰੀ ਗੁੱਡ ਜੀ ਕਿਸੇ ਭਰਾ ਨੂੰ ਪਸੰਦ ਆਈ 4,70,000 ਮੈਂ ਦੇਣਾ ਜਾ ਰਾਜ਼ੀ ਆ ਤੇਰੇ ਤੋਂ 4,70,000 ਰੁਪਏ ਦੀ ਜਿਸ ਭਰਾ ਨੂੰ ਪਸੰਦ ਆਵੇ ਨਾ ਇਹ ਮਾਜ ਦੇ ਸਕਣੀ ਇਹ ਬੰਨ ਛੱਡੋ ਜੀ ਬੰਨ ਕੇ ਅੱਗੇ ਖੋਲੋ ਜਨਾਬ ਵੈੜੀਆਂ ਜਿਹੜੀਆਂ ਨੇ ਨਾ ਦੋ ਅੱਜ ਦੀ ਵੀਡੀਓ ਦੇ ਵਿੱਚ ਉਹ ਵੀ ਇਨਸ਼ਾਅੱਲਾ ਟਕਾ ਕੇ ਤੇ ਅੱਗੇ ਜਨਾਬ ਤਿੰਨ ਬਰੀਡਰ ਜਿਹੜੇ ਨੇ ਨਾ ਉਹ ਵੀ ਟਕਾਣੇ ਨੇ ਅੱਗੇ ਆ ਗਏ ਜੀ ਭਾਈ ਮੈਂ ਦੱਸਾਂ ਵੈੜੀ ਨੰਬਰ ਜਨਾਬ 1 ਪਹਿਲਣ ਹੈ ਨਾ ਵੈੜੀ ਜੀ ਪਹਿਲਣ ਵੈੜੀ ਮਾਸ਼ਾਅੱਲਾ ਮਗਰ ਇਹਦੇ ਵੱਛੀ ਲੋ ਜੀ ਮਗਰ ਇਹਦੇ ਵੱਛੀ ਤੇ ਪਹਿਲਣ ਪਹਿਲਣ ਅੱਜ ਤਕਰੀਬਨ ਨਵਾਂ ਡਾਂਸ ਸੁਣਿਆ ਲੋ ਜੀ ਝੁੰਗੀ ਜਿਹੜਾ ਹੈ ਨਾ 9 ਦਿਨ ਦੀ ਜਨਾਬ ਸੂਈ ਹੈ ਮਗਰ ਇਹਦੇ ਵੱਛੀ ਹੈ ਵੰਗਾ ਲਾਂਦੇ ਉਸ ਚੀਜ਼ ਵੇਖ ਕੇ ਨਜ਼ਰ ਆ ਜਾਂਦਾ ਐਵੇਂ ਝੂਠ ਮਾਰਨ ਦੀ ਲੋੜ ਕੋਈ ਨੀ ਹੈ 10 ਭਾਜੀ ਵੈੜੀ ਕੋਲ ਦੁੱਧ ਠੀਕ ਹੋ ਗਿਆ ਜਨਾਬ 10 ਕਿਲੋ ਜਿਹੜਾ ਨਾ ਇਹਦੇ ਕੋਲੇ ਹਾਜ਼ਰ ਮੌਕਿਆ ਇਹ ਜਨਾਬ ਦੁੱਧ ਦੇ ਬਾਕੀ ਪ੍ਰਿੰਟ ਥਣ ਇਹ ਭਰਾਵਾਂ ਨੇ ਇਨਸ਼ਾਅੱਲਾ ਭਾਜੀ ਜੇ ਕਿਸੇ ਭਰਾ ਦੀ ਕਮੀ ਕੀਤੀ ਨਾ ਜੀ 10 ਸਿਰ ਤੋਂ ਉੱਤੇ ਜਾਵੇ ਦੀ ਕਿਉਂਕਿ ਪਿਛਲੇ ਘਰ ਦੇ ਮੈਨੂੰ ਆਖਿਆ ਕਿਸੇ ਵੀ ਜਿਹੜਾ ਨਾ ਕੋਈ ਵੰਗੇ ਦੀ ਜ਼ਰੂਰਤ ਨਹੀਂ
ਬੱਚਾ ਛੱਡ ਕੇ ਥੱਲੇ ਬਹਿ ਜਾਣਾ। ਇਹ ਸਿਰਫ ਭਰਾਵਾਂ ਨੂੰ ਵਹਾਇਆ, ਕਈ ਗਾਵਾਂ ਵਿੱਚ ਹੁੰਦੀਆਂ ਨੇ, ਜੂੜ ਪਾ ਲਓ ਭਰਾਵਾਂ ਦੀ ਮਰਜ਼ੀ, ਨਾ ਪਾਓ ਉਹ ਵੀ ਉਹਨਾਂ ਦੀ ਆਪਣੀ ਮਰਜ਼ੀ ਹੈ। ਸਰ ਕਿੰਨੇ ਦੀ ਜਨਾਬ ਨੇ ਬੈਠੀ ਭਾਜੀ? ਚੀਜ਼ ਵੇਖ ਕੇ ਹੀ ਸਾਰਾ ਕੰਮ ਹੁੰਦੇ, ਕੋਈ ਚੋਖੇ ਮੁੱਲ ਕੋ ਨਹੀਂ ਹੈ। ਕਿਸੇ ਭਰਾ ਨੂੰ ਪਸੰਦ ਆਈ ਨਾ, 2,70,000 ਜਾ ਰਾਜ਼ੀ ਹੈ ਤੇਰੇ ਤੇ, 2,70,000 ਰੁਪਏ ਦੀ ਜਨਾਬ ਇੱਕ ਨੰਬਰ ਬੈਠੀ ਤੇ ਅੱਗੇ ਲਿਆਓ ਜਨਾਬ। ਅੱਲਾ ਭਾਜੀ ਸਟੇਟ ਫਾਰਵਰਡ ਨੇ, ਵੇਖੋ ਜੇ ਇਹਦਾ 2,70 ਮੁੱਲ ਲੈਣਾ ਤੇ 1,400 ਦੁੱਧ ਇਹਨੇ ਕੋਲ ਨਹੀਂ ਦੇਣਾ ਜੀ। ਬਿਲਕੁਲ ਜਨਾਬ, ਚੀਜ਼ ਮਾਲ ਦਾ ਹੀ ਮੁੱਲ ਹੁੰਦਾ ਹੈ। ਜੇ 10 ਦੁੱਧ ਦੱਸਿਆ ਨਾ ਭਰਾ ਮੇਰੇ ਆਖਣ, ਹੁਣ 2.5 ਦੀ ਲਾਭ, ਜੇ ਦੁੱਧ 14 ਕਿਲੋ ਦੇਵੇ ਉਹ ਕੁਛ ਦੇਣਾ ਜੀ। ਬਿਲਕੁਲ, ਦੁੱਧ ਜਿਹੜਾ ਹੈ ਨਾ 2.5 ਵਾਲੀ ਨੇ 2.5 ਵਾਲੇ ਦੁੱਧ ਦੇਣਾ ਮੁੱਲ ਦੇ ਹਿਸਾਬ ਨਾਲ। ਮੁੱਲ ਦੇ ਹਿਸਾਬ, ਵੈਰੀ ਗੁੱਡ ਜਨਾਬ। ਇਹ ਵੀ ਪਹਿਲਣ ਹੈ ਨਾ? ਇਹ ਵੀ ਪਹਿਲਣ ਤੇ ਮੋਨੀ ਕੋਨੀ ਹੋਵੇ ਦੀ ਥਣ ਵੇਖਣ ਭਰਾ, ਸ਼ਾਹ ਕਾਲਾ ਚੁਲਤਾਨੀ ਕ੍ਰਾਸ ਵਿੱਚ ਫਿਰ ਗਰਮੀ ਆ ਜਾਣੀ ਹੈ ਜੀ। ਠੀਕ, ਕ੍ਰਾਸ ਵੇਚ ਨੇ ਇਹਦੇ ਮਗਰ ਬੱਚਾ ਇਹਨੂੰ ਕਿੰਨੇ ਦਿਨ ਹੋ ਗਏ ਨੇ ਸੋਏ ਇਹਨੂੰ? ਬੋਲਾ ਬੋਲਾ ਤੂੰ ਕ੍ਰਾਸ ਹੋ ਗਈ ਅੱਜ ਪੰਜਵਾਂ ਡੰਗ ਸੀ। ਲੋ ਜੀ ਦੁੱਧ ਬਣ ਗਿਆ ਨਾ, ਪੰਜਵਾਂ ਡੰਗ ਹੈ ਜਨਾਬ, ਔਰ ਥਣ ਵੀ ਕਾਲਾ ਤੇ ਸਾਰੀ ਸ਼ਾਹ ਕਾਲੀ। ਸ਼ਾਹ ਕਾਲੀ ਭਾਜੀ ਸਾਰੀ ਥੱਲੋਂ 13 ਸੇ 12 ਤਸੱਲੀ ਦੇਣਾ। ਲੋ ਜੀ 12 ਕਿਲੋ ਸਾਰੀ ਥੱਲੋਂ ਅੱਜ ਪੰਜਵੇਂ ਡੰਗ ਦੀ। ਠੀਕ ਹੋ ਗਿਆ ਅੱਜ ਭਾਜੀ, ਨੁਚੜਦੀ ਹੈ ਅੱਜ, ਨੁਚੜਦੀ ਹੈ ਕਿ ਤੇਰਾ ਥਾਣੀ ਨਜ਼ਰ ਆਉਣ ਔਰ ਮੋਲੀ ਹੈ। ਵੈਰੀ ਗੁੱਡ ਜਨਾਬ, ਭਾਈ ਮੈਂ ਦੱਸਰ ਕਿੰਨੇ ਦੀ ਵੈੜੀ ਦੇ ਫੜਨੇ ਹੈ? ਪੱਕਾ ਜਾ ਭਾਜੀ, ਇਹ ਵੈੜੀ ਦਾ ਮੁੱਲ ਕਰਾਂ ਨਾ, ਮਿਲਣ ਜੁਲਣ ਇਹ ਵੀ ਵੈੜੀ ਦਾ ਇੰਜੀ ਹੈ। ਕੋਈ ਲੋ ਬੱਚਾ ਦੀ ਲੋੜ ਲਿਆਓ ਜੀ, ਬੱਚਾ ਬੁਲਾ ਲਓ, ਚਲ ਬੰਨ ਸੋ ਉੱਥੇ ਭਰਾਵਾਂ ਨੂੰ ਭਾਜੀ ਬੰਨ ਸੋ ਜੀ ਜੀ। ਠੀਕ ਹੈ, ਦੂਸਰਾ ਫਿਰ ਚੀਜ਼ ਵੀ ਸੋਹਣੀ ਹੈ ਜੀ, ਦੁੱਧ ਵੀ ਭਾਜੀ ਮੱਝਾਂ ਵਾਲਾ ਵਧਾ, ਥਣ ਵੀ ਸੋਹਣਾ ਸੀ, ਚਵਾ ਸੋਹਣਾ ਸੀ। ਠੀਕ ਹੈ, ਦੂਜਾ ਦੁੱਧ ਪੁੱਤਰ ਨਸੀਰ ਦਾ ਜੋ ਕਿਸੇ ਪਾਇਆ ਹੋ ਲੈਣਾ ਜੀ। ਬਿਲਕੁਲ, ਜੇ ਕਿਸੇ ਭਰਾ ਨੂੰ ਪਸੰਦ ਆਈ ਨਾ, 2,85,000 ਵਿੱਚ, 2,80,000 ਦੇ ਪਾਜੇ, 5 ਉਤਲਾ ਵੀ ਛੱਡ ਰਿਆ ਜੀ। ਲੋ ਜੀ ਪਿੱਛੇ ਰਹਿ ਗਿਆ 80,000 ਦੀ, ਕੋਈ ਭਰਾ ਬਹਿਸ ਨਾ ਕਰੇ, ਪੱਕੇ ਜੇ ਮੁੱਲ ਕੀਤੇ ਨੇ। ਬਸ਼ਰਾ ਬਾਬਾ ਸ਼ੇਰਾ ਦੇਖੋ ਜੀ, ਇਹ ਜਿਹੜਾ ਭਰਾ ਲਿਆ ਜਿਹਨਾਂ ਦਵਾ ਪਿਆ ਦੇਵੇ, ਮੈਂ ਨਾ ਬਲਾਲ ਬਾਟਰ ਜੀ ਡਿਆਲ ਵਾਲੇ ਮਜ਼ਦੂਰ ਭਾਈ ਨੇ ਜਿਹਨਾਂ ਮਾਝੇ ਖੜੀ ਹੈ, ਠੀਕ ਹੈ, ਯਕੀਨ ਮੰਨੋ ਫੋਨ ਕਰਕੇ ਨਾ ਤੇ ਇੱਥੇ ਆਏ ਤੇ ਆਂਦੇ ਨੇ ਪੂਰਾ ਟੱਬਰ ਹੀ ਤੁਹਾਨੂੰ ਦਵਾਵਾਂ ਪਏ। ਵੈਰੀ ਗੁੱਡ ਜੀ, ਇਹ ਚੀਜ਼ ਵੀ ਭਰਾ ਸਾਡਾ ਦਿਲ ਮਾਝਟਾ ਹੋ ਜਾਂਦਾ ਜੀ। ਬਿਲਕੁਲ ਜਨਾਬ, ਲੋ ਜੀ ਇਹਦੀਆਂ ਵੀ ਸਾਲਤਾਂ ਚੈੱਕ ਕਰਨੀਆਂ ਤੇ ਬਲਾਲ ਇੱਕ ਵਾਰੀ ਬੱਚਿਆਂ ਦੇ ਕੈਮਰਾ ਮਾਰ ਕੇ ਨਾ ਅੱਗੇ ਜਨਾਬ, ਹੁਣ ਬਰੀਟਰ ਜਿਹੜੇ ਨੇ ਨਾ ਇਹ ਭਰਾਵਾਂ ਨੂੰ ਟੱਕਾ ਲੈ ਉੱਧਰ ਹੀ ਨਚਾਰੇ ਪਰਲਾ ਨਹੀਂ ਉੱਧਰ ਜਾ ਰਿਹਾ ਉੱਧਰ ਜਾ ਰਿਹਾ ਜਿਹੜਾ ਜਿੰਨਾ ਠੀਕ ਹੋ ਗਿਆ। ਲੋ ਜੀ ਅੱਗੇ ਕੋਲੋਂ ਜਨਾਬ ਬਰੀਡਰ ਜਿਹੜਾ ਨਾ ਅੱਜ ਦੀ ਵੀਡੀਓ ਦੇ ਵਿੱਚ ਜਨਾਬ ਤਿੰਨੇ ਦੋਂਦੇ ਪਹਿਲਾਂ ਹੀ ਭਰਾਵਾਂ ਨੂੰ ਦੱਸ ਰਹੀਏ ਤਿੰਨੇ ਦੋਂਦੇ ਜਾ ਰਾਜ਼ੀਆਂ ਤੇਰੇ ਤੋਂ ਅੱਜ ਦੀ ਵੀਡੀਓ 'ਚ ਜਨਾਬ ਤਿੰਨ ਬਰੀਡਰ ਨੇ ਔਰ ਤਿੰਨੇ ਜਿਹੜਾ ਨਾ ਇਹ ਦੋਂਦੇ ਬਰੀਡਰ ਨੰਬਰ ਜਨਾਬ ਇੱਕ ਕੈਮਰੇ ਦੇ ਸਾਹਮਣੇ ਹਾਈਟ ਵੇਲ ਔਰ ਮੁਕੰਮਲ ਜਨਾਬ ਨਸਲ ਬਾਟਰ ਆਂਦੀ ਜੀ ਨਿਸ਼ਾਨ ਸਾਹਿਬ ਪਿਛਲੇ ਘਰ ਮਾਸ਼ਾਅੱਲਾ ਜੀ ਪਿਓਰ ਨਹੀਂ ਦੀਦਾ ਕਮਰੜੀਏ ਮਾਸ਼ਾਅੱਲਾ ਨਿਕੋਲੇ ਵੇਖੋ ਕੱਦ ਵੇਖੋ ਜੀ ਬਿਲਕੁਲ ਜੀ ਮਾਲਾ ਪਰਸੋਂ ਹੋ ਜਾਇ ਕਮਰੜੀਏ ਚੜਾਈਆਂ ਵੇਖੋ ਛੋਟੇ ਦੀ ਜੀ ਬਿਲਕੁਲ ਜਨਾਬ ਔਰ ਫਿਰ ਬਰੀਕ ਜੇ ਕਰਨਾ ਕਿ ਕਿਤਨਾ ਮਾਸ਼ਾਅੱਲਾ ਜਨਾਬ ਕੱਟਾ ਜਿਹੜਾ ਛੋਟਾ ਹੈ ਨਾ ਇਹ ਬਰੀਕ ਹੈ ਮੂੰਹ ਚ ਦੋ ਦੰਦ ਔਰ ਮਾਸ਼ਾਅੱਲਾ ਪੁੱਠਾ ਤੇ ਅੱਡੀ ਔਰ ਮਾਸ਼ਾਅੱਲਾ ਜਨਾਬ ਮੂੰਹ ਪੱਟ ਕੇ ਇੱਕ ਵਾਰੀ ਜਿਹੜਾ ਨਾ ਸ਼ਾਹ ਜੀ ਇੱਥੇ ਮੂੰਹ ਦੇ ਵਿੱਚ ਤਸੱਲੇ ਪੱਕਾ ਦੋਂਦਾ ਔਰ ਮਾਸ਼ਾਅੱਲਾ ਜਨਾਬ ਦੋ ਦੰਦ ਅੱਖਾਂ ਦੋਵੇਂ ਕਾਲੀਆਂ ਇੱਕੋ ਜਿਹੀਆਂ ਛੋਟੀ ਛੋਟੀ ਜਨਾਬ ਕੱਟੇ ਦੀ ਸਿੰਗੀ ਹੈ ਔਰ ਵੇਲ ਤਾਣਾ ਜਿਹੜਾ ਹੈ ਨਾ ਮਾਸ਼ਾਅੱਲਾ ਔਰ ਪੁੱਠਾ ਚੈੱਕ ਕਰਨਾ ਤੇ ਪੂਛਲੀ ਝੋਟਾ ਚਾਹੀਦਾ ਉਸੇ ਤਰ੍ਹਾਂ ਦਾ ਕੱਢ ਕੇ ਲਿਆ ਕੇ ਕੈਮਰੇ ਦੇ ਸਾਹਮਣੇ ਖਿਲਾਉਂਦੇ ਨੇ
ਅਗਲੀ ਗੱਲ ਦੇ ਫਿਰ ਨਸੀਬਾਂ ਰੰਗ ਫਿਰ ਕਾਲਾ ਬ੍ਰਾਂਡ ਮਾਸ਼ਾਅੱਲਾ ਸਿਰਫ ਕਪੂਸ਼ਣ ਦੇ ਵਿਚ ਚੰਦ ਕੁਵਾਲ ਜਿਹੜਾ ਹੈ ਨਾ ਇਹ ਚਿੱਟੇ ਹੈ ਨੇ ਬਾਕੀ ਸਾਰਾ ਨਸ਼ ਕਾਲਾ ਜਨਾਬ ਨੰਬਰ ਜਿਹੜਾ ਨਾ ਇਹ ਤਿੰਨ ਔਰ ਅੱਜ ਦੀ ਵੀਡੀਓ ਦਾ ਆਖਰੀ ਲੋ ਜੀ ਫਿਰ ਵਜ਼ਾਹਤ ਕਰ ਸਕਦੇ ਕਿ ਇਹਨਾਂ ਬਰੀਡਰਾਂ ਤੋਂ ਇਲਾਵਾ ਜਿਸ ਤਰ੍ਹਾਂ ਦਾ ਵੀ ਬਰੀਡਰ ਚਾਹੀਦਾ ਹੋਵੇ 8 ਤੋਂ 10 ਬਰੀਡਰ ਜਿਹੜਾ ਹੈ ਨਾ ਇਸ ਟਾਈਮ ਵਟਸਐਪ ਦੇ ਕੋਲੇ ਮੌਜੂਦ ਨੇ ਜੀ ਬਿਲਕੁਲ ਔਰ ਕੋਈ ਵੀ ਭਰਾ ਮੌਕਿਆਂ ਦੇ ਟੂਰ ਆਵੇ ਜਾਂ ਵਟਸਐਪ ਕੋਲੋਂ ਜਨਾਬ ਭਾਈ ਮਦਸਰ ਕੋਲੋਂ ਵੀਡੀਓ ਜਿਹੜੀ ਹੈ ਨਾ ਇਹ ਵਟਸਐਪ ਤੇ ਮੰਗਾ ਲੈਣੀ ਔਰ ਇਹ ਵੀ ਇੱਕ ਰੰਗ ਚ ਇੱਕ ਰੰਗ ਨਸ਼ ਕਾਲਾ ਜਿਹੜਾ ਭਰਾ ਮੇਰੇ ਕੰਡ ਵੇਖਣ ਕਿੱਡਾ ਚੜਾ ਹੈ ਔਰ ਪਛਮ ਚੈੱਕ ਕਰੀ ਵਾਲੀ ਤੇ ਗੱਲ ਹੀ ਕੋਈ ਨਹੀਂ ਨਾ ਬਿਨਾਂ ਜੀ ਬਿਲਕੁਲ ਤੇ ਫਿਰ ਛੱਤ ਚੈੱਕ ਕਰਨੇ ਕਿ ਸੂਤਰ ਆ ਰਿਹਾ ਮਾਸ਼ਾਅੱਲਾ ਜਨਾਬ ਤੇ ਕੱਟੇ ਦਾ ਛੱਤ ਔਰ ਪੁੱਠੇ ਦੀ ਚੜਾਈ ਤੇ ਗੋਲ ਮਾਸ਼ਾਅੱਲਾ ਜਨਾਬ ਅੰਡੇ ਆ ਰਿਹਾ ਇਹਦੀ ਅੰਡਾ ਚਿੜੀਆਂ ਉਹਦੀ ਅੰਡਾ ਚਿੜੀ ਜੀ ਬਿਲਕੁਲ ਜਨਾਬ ਰੁਪਈਏ ਦਾ ਜਨਾਬ ਜਿਸ ਭਰਾ ਨੂੰ ਪਸੰਦ ਆਵੇ ਨੰਬਰ ਤਿੰਨ ਤੇ ਅੱਜ ਦੀ ਵੀਡੀਓ ਦਾ ਇਹੀ ਨੇ ਨਾ ਜਨਾਬ ਲੋ ਜੀ ਵਹਾਸੜੇ ਨੇ ਮੁੱਲ ਤੇ ਸਾਰਿਆਂ ਦਾ ਜਨਾਬ ਲਾ ਛੱਡਿਆ ਜਿਹੜਾ ਜਿਹੜਾ ਪਸੰਦ ਆਵੇ ਨਾ ਰਾਬਤਾ ਭਾਈ ਮਦਸਰ ਨਾਲ ਕਰ ਲੈਣੇ ਜੀ ਨੰਬਰ ਇਹਨਾਂ ਦਾ ਸਕਰੀਨ ਤੇ ਲੱਗ ਜਾਣਾ ਬਾਕੀ ਸਾਰੇ ਭਰਾਵਾਂ ਨੇ ਦੁਆਵਾਂ ਦੀ ਯਾਦ ਰੱਖਣਾ ਵੀਡੀਓ ਪਸੰਦ ਆਵੇ ਮਾਸ਼ਾਅੱਲਾ ਦਾ ਕਮੈਂਟ ਲਾਈਕ ਸ਼ੇਅਰ ਇਹ ਜ਼ਰੂਰ ਕਰਨਾ ਬਾਕੀ ਇਸੇ ਵੀਡੀਓ ਦੇ ਨਾਲ ਜਾਂਦੇ ਮਾਸ਼ਾਅੱਲਾ ਅਗਲੇ ਵੀਡੀਓ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਪਾਕਿਸਤਾਨ ਜ਼ਿੰਦਾਬਾਦ ਪਾਕ ਫੌਜ ਜ਼ਿੰਦਾਬਾਦ ਨਰੇ ਹੈਦਰੀ।